ਸਿੰਘ ਜੀ ਇਨਾ ਬਾਜਵਾ ਪਿੰਡ ਹੈ ਜੀ ਇੱਥੋਂ ਦਾ ਵੀ ਇੱਕ ਜੁਝਾਰੂ ਕਿਸਾਨ ਆ ਜਿਸ ਦੀ ਕਿ ਜਿੰਦੜੀ ਇਸ ਕਿਸਾਨੀ ਸੰਘਰਸ਼ ਦੇ ਲੇਖੇ ਲੱਗੀ ਹੈ ਉਹਦੇ ਘਰ ਜਾ ਰਹੇ ਹਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਹੈ ਦੇਖੋ ਬੜਾ ਸੋਹਣਾ ਪੁਰਾਣੀ ਦਿੱਖ ਹੈ ਇਸ ਪਿੰਡ ਦੀ ਆਪਾਂ ਕਹਿ ਸਕਦੇ ਹਾਂ ਵਿਰਾਸਤ ਇੱਥੇ ਨਜ਼ਰ ਆਉਂਦੀ ਹੈ ਪੁਰਾਣੀ ਸਾਡੀਆਂ ਸੋ ਉਸ ਕਿਸਾਨ ਪਰਿਵਾਰ ਦੇ ਕੋਲ ਅਸੀਂ ਪਹੁੰਚ ਰਹੇ ਹਾਂ ਇਲਾਕੇ ਦੇ ਪਤਵੰਤੇ ਸਾਡੇ ਨਾਲ ਇੱਥੇ ਮੌਜੂਦ ਨੇ ਜੀ ਰਿਸ਼ਮ ਸਿੰਘ ਦੇ ਘਰ ਇੱਥੇ ਅਸੀਂ ਪਹੁੰਚੇ ਹਾਂ ਜੀ ਇਨਾ ਬਾਜਵਾ ਪਿੰਡ ਹੈ ਆਪਾਂ ਦਿੱਖ ਦੇਖੀ ਹੈ ਪਿੰਡ ਦੀ ਕਾਫੀ ਪੁਰਾਤਨ ਜਿਹੜੀ ਹੈ ਦਿੱਖ ਮੌਜੂਦ ਹੈ ਅਜੇ ਇਹ ਵੀ ਇੱਕ ਮਿਹਨਤਕਸ਼ ਪਰਿਵਾਰ ਕਹਿ ਲਈਏ ਕਰੀਬ 2 ਕੁ ਵਿਘੇ ਜ਼ਮੀਨ ਦੇ ਨੇ ਸਮਝ ਲਓ ਕਿ 3 ਕਨਾਲਾਂ ਦੇ ਕਰੀਬ ਅੰਦਾਜ਼ਾ ਮਤਲਬ ਕੁਛ ਵੀ ਨਹੀਂ ਜ਼ਮੀਨ ਆਪਾਂ ਇੱਦਾਂ ਸਮਝ ਸਕਦੇ ਕਿ ਨਾਮ ਮਾਤਰ ਅਤੇ ਰਿਸ਼ਮ ਸਿੰਘ ਦੇ ਘਰ ਹੁਣ ਅਸੀਂ ਪਹੁੰਚੇ ਹਾਂ ਇੱਥੇ ਸਾਰੇ ਨਗਰ ਦੇ ਪਤਵੰਤੇ ਮੌਜੂਦ ਨੇ ਨਾਲ ਕਿਸਾਨ ਯੂਨੀਅਨ ਦੇ ਸਾਡੇ ਜਿਹੜੇ ਨੇਤਾ ਸਾਹਿਬਾਨ ਨੇ ਮੌਜੂਦ ਨੇ ਸੋ ਇਹ ਤਸਵੀਰ ਹੈ ਜੀ ਕਿਸਾਨੀ ਸੰਘਰਸ਼ ਦੇ ਵਿੱਚ ਜਿੰਦੜੀ ਲੇਖੇ ਲਾਉਣ ਵਾਲੇ ਸ਼ਹੀਦਰ ਸਰਦਾਰ ਰਿਸ਼ਮ ਸਿੰਘ ਇਹ 30 ਜਨਵਰੀ ਨੂੰ ਇਹਨਾਂ ਦੀ ਜਿੰਦੜੀ ਲਿਖੇ ਲੱਗੀ ਹੈ ਕਿਸਾਨੀ ਸੰਘਰਸ਼ ਦੇ ਇਹ ਬੇਟਾ ਉਹਨਾਂ ਦਾ ਛੋਟਾ ਇੱਕ ਬੇਟਾ ਹੋਰ ਹੈ ਉਹ ਥੋੜ੍ਹਾ ਜਿਹਾ ਇਸ ਤੋਂ ਵੱਡਾ ਦੋਨੋਂ ਹੀ ਕੁਆਰੇ ਨੇ ਸੋ ਅਜੇ ਬੜਾ ਜ਼ਿੰਮੇਵਾਰੀਆਂ ਵਾਲਾ ਸਮਾਂ ਸੀ ਉਹਨਾਂ ਦਾ ਅਤੇ ਆਪਾਂ ਦੇਖ ਸਕਦੇ ਕਿ ਆ ਇੱਦਾਂ ਦੇ ਪੁਰਾਣੇ ਬਾਲੇ ਸ਼ਤੀਰੀਆਂ ਅੱਜ ਕੱਲ੍ਹ ਬਹੁਤ ਘੱਟ ਹੀ ਐਸੇ ਮਿਲਦੇ ਹੋਣਗੇ ਸੋ ਇੱਕ ਸੰਘਰਸ਼ਸ਼ੀਲ ਪਰਿਵਾਰ ਦੇ ਵਿੱਚੋਂ ਉੱਠ ਕਰਕੇ ਸੋ ਦਿੱਲੀ ਮੋਰਚੇ 'ਤੇ ਗਏ ਸਨ ਸੋ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਆ ਇਹਨਾਂ ਦੀ ਇੱਦਾਂ ਛੋਟੀ ਜਿਹੀ ਰਸੋਈ ਕਹਿ ਲਈਏ ਹਾਂਜੀ ਇੱਧਰ ਆ ਛੋਟਾ ਜਿਹਾ ਗੁਸਲਖਾਨਾ ਸੋ ਇਹ ਅਸੀਂ ਸਮਝ ਸਕਦੇ ਹਾਂ ਕਿ ਬੜਾ ਇਹ ਇੱਕ ਸੰਘਰਸ਼ਸ਼ੀਲ ਪਰਿਵਾਰ ਆਪਣੀ ਮਿਹਨਤ ਕਰਕੇ ਦਿਹਾੜੀ ਕਰਕੇ ਕਿਉਂਕਿ ਇੰਨੀ ਕੁ ਥੋੜ੍ਹੀ ਪੈਲੀ ਦੇ ਵਿੱਚੋਂ ਕਿਸਾਨੀ ਤੋਂ ਤਾਂ ਆਪਾਂ ਸਮਝ ਸਕਦੇ ਕਿ ਕੁਛ ਬਹੁਤਾ ਨਹੀਂ ਬਣ ਸਕਦਾ ਪਰ ਫਿਰ ਵੀ ਮੈਂ ਸਮਝਦਾ ਕਿ ਜਿਹੜੇ ਕਿਸਾਨਾਂ ਦੇ ਆਪਾਂ ਘਰਾਂ 'ਚ ਆ ਰਹੇ ਹਾਂ ਤੁਸੀਂ ਵੀ ਵਿਦੇਸ਼ਾਂ 'ਚ ਬੈਠੇ ਹੋ ਸੋਚ ਰਹੇ ਹੋਵੋਗੇ ਕਿ 2 ਵਿਘੇ ਜ਼ਮੀਨ ਵਾਲਾ ਆਖਰ ਜੇ ਦਿਮਾਗੀ ਪੱਧਰ 'ਤੇ ਸੋਚਿਆ ਜਾਏ ਜਾਂ ਸਿਆਣਪ ਨਾਲ ਜਿਹਨੂੰ ਆਪਾਂ ਦੁਨਿਆਵੀ ਸਿਆਣਪ ਕਹਿੰਦੇ ਜੇ ਉਸ ਢੰਗ ਨਾਲ ਸੋਚਿਆ ਜਾਏ ਤਾਂ ਕੋਈ ਕਹਿ ਸਕਦਾ ਵੀ ਇਹ ਉਸ ਸੰਘਰਸ਼ 'ਚ ਕੀ ਲੈਣ ਗਏ ਸੀ ਜਿੱਦਾਂ ਅੱਜ ਗੋਦੀ ਮੀਡੀਆ ਜਾਂ ਕੁਝ ਲੋਕ ਐਸੀ ਗੱਲ ਕਰ ਸਕਦੇ ਨੇ ਕਿ ਆਖਰ ਇਹ ਕਿਸਾਨ ਰਿਸ਼ਮ ਸਿੰਘ ਧਾਲੀਵਾਲ ਵਰਗੇ ਹੋਰ ਵੀ ਬੜੇ ਸਾਨੂੰ ਐਸੇ ਮਿਲੇ ਨੇ ਕਈ ਤਾਂ ਐਸੇ ਸੀ ਜਿਹਨਾਂ ਕੋਲ ਬਿਲਕੁਲ ਜ਼ਮੀਨ ਹੈ ਹੀ ਨਹੀਂ ਅਤੇ ਥੋੜ੍ਹੀ ਥੋੜ੍ਹੀਆਂ ਜ਼ਮੀਨਾਂ ਵਾਲੇ ਇਹ ਆਪਣੀ ਜ਼ਿੰਦੜੀ ਕਿਉਂ ਲਗਾ ਗਏ ਕਿਸਾਨੀ ਸੰਘਰਸ਼ 'ਤੇ ਲੇਖੇ ਇਹ ਸਵਾਲ ਜਿੱਥੇ ਸਾਨੂੰ ਝੰਜੋੜ ਰਿਹਾ ਉੱਥੇ ਕਿਸੇ ਦੇ ਦਿਮਾਗ 'ਚ ਆ ਸਕਦਾ ਪਰ ਇਹ ਜਜ਼ਬਾ ਇਹ ਮਸਲਾ ਰੋਟੀ ਦਾ ਹੈ ਇਹ ਆਪਣੀਆਂ ਕੁੱਲਾਂ ਦੇ ਵਾਸਤੇ ਕਿਉਂਕਿ ਜਦੋਂ ਇਹ ਸਾਰਾ ਕੁਝ ਜੇ ਅਸੀਂ ਸੰਘਰਸ਼ ਨਾ ਜਿੱਤ ਪਾਏ ਤਾਂ ਜਦੋਂ ਇਹ ਕਾਰਪੋਰੇਟ ਦੇ ਹੱਥ 'ਚ ਆ ਗਿਆ ਨਾ ਤਾਂ ਇਹਨਾਂ ਨੂੰ ਵੀ ਰੋਟੀ ਖਾਣੀ ਔਖੀ ਹੋ ਜਾਣੀ ਸੋ ਇਹਨਾਂ ਨੂੰ ਸਮਝ ਆ ਗਈ ਇਹ ਪਰਿਵਾਰ ਜਿਹੜੇ ਨੇ ਨਾ ਜਿਹਨਾਂ ਕੋਲ ਅਸੀਂ ਪਹੁੰਚਦੇ ਪਏ ਹਾਂ ਇਹਨਾਂ ਨੂੰ ਸਮਝ ਆ ਗਈ ਸੀ ਇਹ ਉਸ ਲਾਮਬੰਦਗੀ ਦੇ ਵਿੱਚ ਇਹ ਆਪਣੇ ਆਪ ਨੂੰ ਸ਼ਾਮਿਲ ਕੀਤਾ ਹੁਣ ਤਾਂ ਖੈਰ ਪਿੰਡੋ ਪਿੰਡ ਹਰ ਜਗ੍ਹਾ ਦੇ ਉੱਤੇ ਬੜੇ ਵੱਡੇ ਪੱਧਰ ਦੇ ਉੱਤੇ ਸਾਰੇ ਘਰਾਂ ਦੀਆਂ
बकायदा वारियां बनियां जा रही ने, तो उस हिसाब के नाल जिहड़े किसान ने वो जांदे ने मोर्चे दे उत्ते। पर वड्डी गल है, मैं समझदा कि इहदे च हुण सारियां दी वड्डी जिम्मेवारी बन जाती है। इत्थे इस परिवार के बजुर्ग कह लईए रेशम सिंह दे चाचा जी साडे नाल मौजूद ने। हाँ जी जी, तुहाडा की नाम है जी? गुरबचन सिंह। गुरबचन सिंह, थोड़ा जिहा दस दे इस परिवार के बारे जी। ये जी बहुत पहला तो मतलब गरीबी है जी, सेवा भी उरे देख जाता रहा जी, धरने जिदे तो शुरू हुए ने उदे तो जाता रहा। अच्छा जी, दिहाड़ी करता रहा, वाहन थोड़ा थी वह ठेके ते देंदा थी। अच्छा, ते फिर देख लो बरनाले भी जाता रहा, दुध की सेवा पूरी तुर तो करता रहा। अच्छा जी, फिर जी दिल्ली गए, उत्थे जाके बाद उत्थे ठंड दे विच ओए ठंड बड़ी जानलेवा है ना जी, बड़ी उत्थे जाके अपन गलतां करदे आ ना संगत जी, भी ठंड दे विच रहे। ਇਹ ਪ੍ਰੈਕਟੀਕਲ ਨੇ ਸਾਰੀਆਂ ਜਿਹੜੀਆਂ, ਮੈਂ ਸਮਝਦਾ ਜਿੰਨੀਆਂ ਮੌਤਾਂ ਇੱਥੇ ਹੋਈਆਂ ਨੇ ਬਾਰਡਰਾਂ ਦੇ ਉੱਤੇ, ਉਹਦੇ ਵਿੱਚੋਂ 90% ਦਾ ਕਾਰਨ ਉਹ ਹੱਡ ਚੀਰ ਵੀ ਠੰਡ ਸੀ। ਸੋ ਠੰਡ ਦੇ ਵਿੱਚ ਕਿਉਂਕਿ ਹੱਥ ਦੇ ਨਾਲ ਬੰਦਾ ਲੱਗਾ ਤਾਂ ਰਹਿੰਦਾ, ਪਰ ਉਹ ਨੁਕਸਾਨ ਦੇਖੋ ਨਾ। ਕਿਹੜੇ ਬਾਰਡਰ 'ਤੇ ਸੀਗੇ ਜੀ? ਟਿੱਕਰੀ ਬਾਰਡਰ 'ਤੇ। ਟਿੱਕਰੀ ਬਾਰਡਰ 'ਤੇ। ਸੋ ਟਿੱਕਰੀ ਬਾਰਡਰ 'ਤੇ ਜ਼ਿਆਦਾਤਰ ਸਾਡਾ ਇਹ ਪੰਜਾਬ ਦਾ ਇਹ ਜਿਹੜਾ ਹਿੱਸਾ, ਕਿਉਂਕਿ ਇਹਨੂੰ ਟਿੱਕਰੀ ਬਾਰਡਰ ਇੱਧਰੋਂ ਪੈਂਦਾ ਜਦੋਂ ਇੱਥੋਂ ਦਿੱਲੀ ਨੂੰ ਜਾਂਦੇ, ਅਤੇ ਉੱਥੇ ਬੜਾ ਵੱਡਾ ਆਪਾਂ ਤੁਹਾਨੂੰ ਦਿਖਾਉਂਦੇ ਰਹੇ ਸਮੇਂ ਦਰ ਸਮੇਂ ਕਿ ਇਹ ਜੋ ਸੀ ਕਿੰਨਾ ਵੱਡਾ ਉੱਥੇ ਇਕੱਠ ਹੈ ਟਿੱਕਰੀ ਬਾਰਡਰ ਦੇ ਉੱਤੇ। ਸੋ ਹਾਂਜੀ ਭੈਣ ਜੀ, ਤੁਹਾਡਾ ਕੀ ਨਾਂ ਜੀ? ਹਰਜਿੰਦਰ ਕੌਰ। ਧਰਨੇ ਤੇ ਫੇਰ ਬਰਨਾਲੇ ਸੇਵਾ ਲਾਈ ਤੇ ਦੁੱਧ ਵੀ ਉੱਥੇ ਜਾ ਰਹੇ ਸੀਗੇ। ਹੁਣ ਬਸ 23 ਤਰੀਕ ਤੋਂ ਦਿੱਲੀ ਨੂੰ ਚਾਲੇ ਪਾਏ ਸਾਡੇ ਕੋਲ, ਤੇ ਫੇਰ ਬਸ ਸਾਡੇ ਕੋਲ ਤਾਂ 27 ਤਰੀਕ ਵਾਲੇ ਦਿਨ ਵੀ ਬਸ ਆਏ ਨੇ, ਮੁੜ ਕੇ ਸਾਡੇ ਨਾਲ ਤਾਂ ਗੱਲਬਾਤ ਹੋਈ ਨੀ ਉਹਨਾਂ ਦੀ। ਹਾਂਜੀ, ਸੋ ਪਹਿਲੀ ਵਾਰੀ ਗਏ ਸੀ ਦਿੱਲੀ 23 ਨੂੰ? ਪਹਿਲੀ ਵਾਰੀ ਗਏ ਸੀਗੇ। ਸੋ ਸਮਝਦਾ ਕਿ 26 ਤਰੀਕ ਵਾਲੀ ਜਿਹੜੀ ਕਾਲ ਸੀਗੀ, ਕਿਉਂਕਿ ਉਹਦੇ ਤੇ ਜ਼ਿਆਦਾ ਇਕੱਠ ਗਿਆ, ਕਿਉਂ ਵੀ 26 ਦੇ ਹਿਸਾਬ ਦੇ ਨਾਲ ਗਏ ਹੋਣਗੇ ਦਿੱਲੀ ਨੂੰ? ਸਾਰਾ ਸਿੰਘ ਜੀ, ਇਹ ਮੁੰਡਾ ਜੀ ਦੁੱਧ ਇਕੱਠਾ ਕਰਨ ਆਉਂਦਾ ਜੀ ਪਿੰਡ ਜੀ, ਕਿਸਾਨ ਜੂਨੀਅਰ ਵਾਸਤੇ ਡੇਲੀ ਦੀ ਡਿਊਟੀ ਸੀ ਇਹਦੀ ਜੀ। ਅੱਛਾ, ਡੇਲੀ। ਇਹਨੇ ਮੇਰੇ ਨਾਲ ਇੱਕ ਦਿਨ ਗੱਲ ਕਰੀ ਵੀ ਮੈਂ ਦਿੱਲੀ ਧਰਨੇ ਤੇ ਜਾਣਾ। ਮੈਂ ਕਿਹਾ ਵੀਰੇ ਵੀ ਤੂੰ ਢਿੱਲਾ ਮੱਠਾ ਰਹਿਣਾ ਵੀ ਤੂੰ ਰਹਿਣ ਦੇ ਵੀ ਤੂੰ ਨਾ ਉਹ ਕਰ, ਕਹਿੰਦਾ ਨਹੀਂ ਯਾਰ ਮੇਰਾ ਵੀ ਹੱਕ ਬਣਦਾ ਉੱਥੇ ਜਾਣ ਦਾ। ਚਲ ਅਸੀਂ 23 ਤਰੀਕ ਨੂੰ ਗਏ ਸੀ ਜੀ ਇੱਥੋਂ, 23 ਨੂੰ ਅਸੀਂ ਰਹੇ, 24 ਨੂੰ ਵੀ ਰਹੇ ਜੀ ਅਸੀਂ, 26 ਨੂੰ ਵੀ ਰਹੇ ਜੀ। ਮੈਂ 26 ਨੂੰ ਸ਼ਾਮ ਨੂੰ ਵਾਪਸ ਹੋ ਗਿਆ ਜੀ, ਤੇ ਸ਼ਾਮ ਨੂੰ ਢਿੱਲੇ ਹੋ ਗਏ 26 ਨੂੰ। ਚਲੋ ਉੱਥੇ ਮੁੰਡੇ ਦੀ ਆਪਣੇ ਨੌਜਵਾਨ ਜੀ ਉਹਨਾਂ ਨੇ ਚੱਕ ਕੇ ਦਾਖਲ ਕਰ ਲਏ ਜੀ, ਉੱਥੋਂ ਪਰਚਾ ਕੱਟ ਕੇ ਰੋਹਤਕ ਭੇਜਤਾ ਜੀ। ਰੋਹਤਕ ਤੋਂ ਪਰਚਾ ਕੱਟਤਾ ਬਰਨਾਲੇ ਭੇਜਤਾ ਜੀ। ਬਰਨਾਲਿਓਂ ਚੱਲ ਫਿਰ ਉੱਥੇ ਪਟਿਆਲੇ ਜੀ, ਵਿਚਾਰਾ 2-3 ਦਿਨ ਪਟਿਆਲੇ ਵੀ ਢਿੱਲਾ ਰਿਹਾ, ਸਾਹਮਿਆ ਜਿਹਨਾਂ ਨੇ ਪੂਰੀ ਮਦਦ ਕਰੀ, ਕਿੰਨਾ ਕੁ ਜੋਰ ਲਾਇਆ ਪਰਿਵਾਰ ਨੇ ਲਾਇਆ ਜੀ, ਪਰ ਕਿੰਨਾ ਉਹਨੇ ਵਿਚਾਰ ਨੇ ਸ਼ਹੀਦ ਹੋਣਾ ਸੀ ਆਪਦੇ ਲੋਕਾਂ ਲਈ, ਹੱਕਾਂ ਲਈ। ਮੈਂ ਕਹਿੰਦਾ ਵੀ ਸਾਡੇ ਪਿੰਡ ਲਈ ਜੀ, ਇਹਦੀ ਬੰਦੇ ਦੀ ਸਾਰੀ ਉਮਰ ਸਾਡੇ ਦਿਲ ਦੇ ਵਿੱਚ ਵਸੂਗਾ, ਇਹ ਇਹਦੀ ਬਹੁਤ ਵੱਡੀ ਸਾਡੇ ਪਿੰਡ ਲਈ ਦੇਣ ਆ ਜੀ, ਬਹੁਤ ਵੱਡੀ ਕੁਰਬਾਨੀ ਹੈ ਜੀ। ਲੋਕ ਭੁੱਲ ਜਾਣ ਕਿਹੜੇ ਸੀ ਨਾਲ ਗਏ ਤੇ, ਅਸੀਂ ਨੀ ਜੀ ਭੁੱਲਦੇ, ਸਾਰੀ ਉਮਰ ਸਾਡੇ ਦਿਲ ਦੇ ਵਿੱਚ ਰੜਕੂਗਾ ਵੀ ਹਾਂ ਅਸੀਂ ਇਹਨਾਂ ਦੀ ਮਦਦ ਪੂਰੀ ਤੋਂ ਪੂਰੀ, ਵੱਧ ਤੋਂ ਵੱਧ। ਇੱਕ ਤੁਹਾਡਾ ਵੀਰਾਂ ਦਾ ਬਹੁਤ ਧੰਨਵਾਦ ਜੀ, ਕਿਹੜੇ ਇਹ ਗਰੀਬ ਪਰਿਵਾਰ ਦੀ ਤੁਸੀਂ ਮਦਦ ਕਰਨ ਆਇਓ, ਰੱਬ ਤੁਹਾਡੀਆਂ ਲੰਬੀਆਂ ਉਮਰਾਂ ਲਾਵੇ, ਰੱਬ ਤੁਹਾਨੂੰ ਵਾਧਾ ਕਰੇ ਹਰ ਇੱਕ ਕੰਮ ਦੇ ਵਿੱਚ। ਅਸੀਂ ਪੰਚਾਇਤ ਵੱਲੋਂ ਤੇ ਆਪਦੇ ਪਿੰਡ ਵੱਲੋਂ ਅਸੀਂ ਤੁਹਾਡਾ ਸਭ ਤੋਂ ਵੱਧ ਦਿਲਾਂ ਦੇ ਵਿੱਚੋਂ ਆਪਦਿਆਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਰੱਬ ਤੁਹਾਨੂੰ ਲੰਬੀਆਂ ਉਮਰਾਂ ਲਾਵੇ ਜੀ, ਬਹੁਤ ਵਧੀਆ ਗੱਲ ਹੈ ਜਿਹੜੀ ਮਦਦ ਕਰੀ। ਮੈਂ ਸਮਝਦਾ ਸੰਗਤ ਜੀ, ਇਹ ਧੰਨਵਾਦ ਤੁਹਾਡਾ ਹੀ ਹੋ ਰਿਹਾ ਜਿਹੜੇ ਤੁਸੀਂ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਹੋ ਨਾ, ਜਿਨ੍ਹਾਂ ਨੇ ਆਹ ਸੇਵਾਵਾਂ ਭੇਜੀਆਂ। ਵੇਖੋ ਇਹ ਧੰਨਵਾਦ ਅਸਲ 'ਚ ਤੁਹਾਡਾ ਹੀ ਹੈ ਜੀ, ਸਾਨੂੰ ਸਾਡੇ ਰਾਹੀਂ ਇਹ ਤੁਹਾਡੇ ਤੱਕ, ਜਿੱਦਾਂ ਤੁਹਾਡੇ ਤੋਂ ਸਾਡੇ ਰਾਹੀਂ ਇਹ ਸੇਵਾ ਇੱਥੇ ਪਹੁੰਚੀ ਹੈ, ਇੱਥੋਂ ਸਾਡੇ ਰਾਹੀਂ ਜਿਹੜਾ ਧੰਨਵਾਦ ਤੁਹਾਡੇ ਤੱਕ ਪਹੁੰਚ ਰਿਹਾ। ਸੋ ਸਾਡੇ ਸਤਿਕਾਰਯੋਗ ਭੈਣ ਜੀ, ਇਹ ਉਹ ਰੇਸ਼ਮ ਸਿੰਘ ਦਾ ਬੇਟਾ ਛੋਟਾ ਜਿਹੜਾ ਤਸਵੀਰ ਨੂੰ ਆਪਣੀ ਗੋਦੀ 'ਚ ਲੈ ਕੇ ਬੈਠਾ ਹੋਇਆ। ਸੋ ਇਹ ਮੈਂ ਸਮਝਦਾ ਕਿ ਇੱਕ ਬੜੀ ਵੱਡੀ ਗੱਲ ਹੈ ਜਿਹੜੀ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਇਹ ਸਵਾਲ ਜਿਹੜੇ ਖੜ੍ਹੇ ਕਰਦੀ ਪਈ ਹੈ ਕਿ ਵੇਖੋ 2 ਵੀਘੇ ਜ਼ਮੀਨ ਵਾਲਾ ਜਿਹੜਾ ਬੰਦਾ ਉਹ ਵੀ ਕਿਸਾਨੀ ਸੰਘਰਸ਼ 'ਚ ਜਾ ਰਿਹਾ ਅਤੇ ਉੱਥੇ ਆਪਣੀ ਜ਼ਿੰਦੜੀ ਲੈ ਕੇ ਲਾ ਰਿਹਾ। ਕਾਰਨ ਇਹ ਹੈ ਨਾ ਵੀ ਜਿਹੜਾ ਸਾਡਾ ਪੇਂਡੂ ਸੱਭਿਆਚਾਰ ਹੈ ਉਹ ਸਾਡਾ ਖੜ੍ਹੀ ਜ਼ਮੀਨ ਦੇ ਉੱਤੇ ਹੈ,
सारा साडा कारोबार किसानां दा तां हैगा हैगा, मजदूरां दा जिन्नियां भी सारियां नाल होर साडे भाईचारक सांझ नाल समाज दे विच जातां हन, सारां दा ही किसानी दे सिर ते कम चल रहा है। किसी कोल जमीन हैगी है ਤਾਂ ਉਹ ਵੀ ਕਿਸਾਨੀ ਕਿੱਤੇ ਨਾਲ ਸੰਬੰਧਿਤ ਕੰਮ ਤੇ ਡਿਪੈਂਡ ਕਰਦਾ ਹੈ। ਜਿਹਦੇ ਕੋਲ ਨਹੀਂ ਹੈਗੀ ਤੇ ਉਹਦੀ ਤਾਂ ਬਿਲਕੁਲ ਡਿਪੈਂਡ ਹੈ ਹੀ ਹੈ ਜ਼ਮੀਨ ਦੇ ਕਿਸਾਨਾਂ ਨਾਲ ਸੰਬੰਧਿਤ ਜਿਹੜੇ ਕਿੱਤੇ ਨੇ ਉਹਨਾਂ ਨਾਲ ਚੱਲਦਾ ਹੈ। ਸੋ ਇਸ ਕਰਕੇ ਥੋੜ੍ਹੀ ਜ਼ਮੀਨ, ਕਿਉਂਕਿ ਪਹਿਲਾਂ ਤੋਂ ਹੀ ਸਰਕਾਰਾਂ ਦੀਆਂ ਨੀਤੀਆਂ ਇਸ ਤਰ੍ਹਾਂ ਦੀ ਰਹੀਆਂ ਨੇ ਕਿ ਕਿਸਾਨਾਂ ਨੂੰ ਘਸਿਆਰੇ ਬਣਾਇਆ ਜਾ ਰਿਹਾ ਹੈ, ਮਤਲਬ ਮਧੋਲਿਆ ਜਾ ਰਿਹਾ ਹੈ, ਉਹਨਾਂ ਨੂੰ ਥੱਲੇ ਸਿੱਟਿਆ ਜਾ ਰਿਹਾ ਹੈ। ਕਿਉਂਕਿ ਜਿਹੜੀ ਅੱਜ ਇਹ ਲੈ ਕੇ ਆਉਂਦੀ ਹੈ, ਇਹਨਾਂ ਦੇ ਆਰਡੀਨੈਂਸ ਲੈ ਕੇ ਆਉਂਦੇ ਨੇ, ਇਹਨਾਂ ਦੀ ਪੈਦਾਇਸ਼ ਤਾਂ ਬਹੁਤ ਚਿਰ ਪਹਿਲਾਂ ਦੀ ਚੱਲਦੀ ਆ ਰਹੀ ਹੈ। ਉਹ ਪੈਦਾਇਸ਼ ਨੂੰ ਲਿਆ ਕੇ ਹੀ ਇਹਨਾਂ ਨੇ ਅੱਜ ਇੱਥੇ 1 ਲੱਖ ਸਾਡੇ ਮੂਹਰੇ ਸਿੱਟਤੀ ਹੈ, ਜਿਹਦਾ ਸਾਨੂੰ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ 3 ਆਰਡੀਨੈਂਸਾਂ ਦਾ। ਅਤੇ ਇਹ ਕਾਲੇ ਕਾਨੂੰਨ ਨੇ, ਇਹ ਖਤਮ ਹੋ ਜਾਣਗੇ ਤਾਂ ਸਾਡੇ ਜਨਰੇਸ਼ਨਾਂ, ਸਾਡੀ ਆਉਣ ਵਾਲੀਆਂ ਪੀੜ੍ਹੀਆਂ ਬਚ ਜਾਣਗੀਆਂ, ਸਾਡੇ ਬੱਚੇ ਬਚ ਜਾਣਗੇ। ਜਿਹੜੀ ਥਾਲੀ ਦੇ ਵਿੱਚੋਂ ਰੋਟੀ ਖੋਹੀ ਜਾ ਰਹੀ ਹੈ ਉਹ ਬਚ ਜੂਗੀ। ਜੇ ਇਹ ਆਰਡੀਨੈਂਸ ਵਾਪਸ ਨਹੀਂ ਹੁੰਦੇ ਤਾਂ ਅੱਜ ਦੇਖੋ ਸਾਡੇ ਪੰਜਾਬ ਦਾ ਕੀ ਹਾਲ ਹੈ। ਤੁਸੀਂ ਇਹ ਘਰ ਪਰਿਵਾਰ ਦੇਖ ਕੇ ਹਟੇ ਹੋ ਅਤੇ ਕਿਸ ਤਰ੍ਹਾਂ ਦੇ ਸਾਡੇ ਜੀਵਨ ਜ਼ਿੰਦਗੀ ਜੀਵ ਬਸਰ ਕਰ ਰਹੇ ਹਾਂ ਅਸੀਂ ਪਿੰਡਾਂ ਦੇ ਵਿੱਚ ਕਿਸਾਨ ਨੇ ਸਾਡੇ, ਅਤੇ ਉਹ ਵਾਪਸ ਨਹੀਂ ਹੁੰਦੇ ਤਾਂ ਕੀ ਹਾਲਾਤ ਹੋ ਜਾਣਗੇ ਸਾਡੇ। ਜਦ ਸਾਡੇ ਅਸੀਂ ਸਾਰੇ ਲੋਕ ਹੀ ਮਜ਼ਦੂਰੀ 'ਤੇ ਜਾ ਕੇ ਖੜ੍ਹ ਜਾਵਾਂਗੇ ਅਤੇ ਫਿਰ ਸਾਡੀ ਪੁਜੀਸ਼ਨ ਕੀ ਹੋ ਜੂਗੀ, ਅਤੇ ਉਹ ਬੜੀ ਮਾੜੀ ਸਾਡੀ। ਇਹੀ ਅਸਲ 'ਚ ਜੇ ਦੇਖਿਆ ਜਾਏ ਤਾਂ ਇਹ ਜਿਹੜੀ ਸੋਚ ਹੈ ਨਾ, WTO ਦੀ ਲਾ ਲਈਏ ਜਾਂ ਇਹ ਕਾਰਪੋਰੇਟ ਘਰਾਣਿਆਂ ਦੀ, ਉਹ ਸਾਨੂੰ ਸਾਰਿਆਂ ਨੂੰ ਉਸੇ ਕਤਾਰ 'ਚ ਖੜਾਉਣਾ ਚਾਹੁੰਦੀ ਹੈ। ਉਹ ਚਾਹੁੰਦੀ ਆ ਕਿ ਉਪਜਾਊ ਜ਼ਮੀਨਾਂ ਕਾਰਪੋਰੇਟਾਂ ਦੇ ਕਬਜ਼ੇ 'ਚ ਆ ਜਾਣ ਅਤੇ ਅਸੀਂ ਸਾਰੇ ਜਿਹੜੇ ਆ ਉਹ ਲੇਬਰ ਦੇ ਉਸ ਕੈਟਾਗਰੀ ਦੇ ਵਿੱਚ ਆ ਜਾਈਏ। ਸੋ ਇਸੇ ਵਾਸਤੇ ਹੀ ਇਹ ਸੰਘਰਸ਼ ਲੜਿਆ ਜਾ ਰਿਹਾ ਅਤੇ ਐਸੇ ਯੋਧਿਆਂ ਦੀ ਮੈਂ ਸਮਝਦਾ ਕੁਰਬਾਨੀ। ਇਹ ਦੇਖੋ ਇਹ ਵੀਰ ਗੁਰੂ ਘਰਾਂ ਦੇ ਵਿੱਚ ਪਾਠ ਕਰਕੇ ਅਤੇ ਹੋਰ ਆਪਣੀਆਂ ਡਿਊਟੀਆਂ ਕਰਕੇ ਹੁਣ ਆਪਣੇ ਪਰਿਵਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ, ਗੁਰਸਿੱਖ ਬੱਚਾ। ਅਤੇ ਇਹ ਜਿਹੜੇ ਹਾਲਾਤ ਘਰ ਦੇ ਆਪਾਂ ਸਾਡੇ ਸਾਰਿਆਂ ਦੇ ਸਾਹਮਣੇ ਆ, ਅਤੇ ਹੱਠ ਵੇਖੀਏ ਇਹਨਾਂ ਯੋਧਿਆਂ ਦਾ ਹੱਠ, ਮੈਂ ਸਮਝਦਾ ਜੇ ਦੇਖੀ ਤਾਂ ਫਿਰ ਸਾਨੂੰ ਪਤਾ ਲੱਗਦਾ ਕਿ ਕਹਿੰਦੇ ਸੀ ਜਾਣਾ ਹੀ ਜਾਣਾ, ਮੈਂ ਜਾਣਾ ਹੀ ਜਾਣਾ। ਸੋ ਆਪਣੀ ਘਰੋਂ ਬੀਬੀ ਜੀ ਨੂੰ ਕਹਿ ਕੇ ਗਏ। ਕਿਉਂ ਭੈਣ ਜੀ, ਕੁਛ ਸਰਕਾਰਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਦੇ ਕਾਲੇ ਕਾਨੂੰਨਾਂ ਕਰਕੇ ਤੁਹਾਡਾ ਸਿਰ ਤੋਂ ਸਰਦਾਰ ਜੀ ਦਾ ਸਾਇਆ ਜਿਹੜਾ ਉੱਠ ਗਿਆ ਜੀ? ਤਾਂ ਵੀਰੇ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਸਾਡੇ ਨਾਲ ਹੋਈ ਆ ਵੀ ਉਹ ਕਿਸੇ ਹੋਰ ਪਰਿਵਾਰ ਨਾਲ ਹੋਵੇ, ਸਰਕਾਰਾਂ ਨੂੰ ਮੰਨਣੀ ਚਾਹੀਦੀ ਹੈਗੀ ਵੀ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ। ਸੋ ਹਰ ਪਰਿਵਾਰ ਦੀ ਇਹੀ ਇੱਕ ਦਿਲ ਦੀ ਹੂਕ ਕਹਿ ਲਈਏ, ਜਿਹੜੀ ਸ਼ਾਇਦ ਅੰਨੀ ਬੋਲੀ ਸਰਕਾਰ ਨੂੰ ਨਹੀਂ ਸੁਣਦੀ ਪਈ ਨਾ, ਕਿ ਇਹਨਾਂ ਪਰਿਵਾਰਾਂ ਦੇ ਦਿਲ ਦੀ ਹੂਕ ਇਹ ਨਾ ਹੋਏ ਕਿ ਕਿਤੇ ਰੱਬ ਦੇ ਘਰ 'ਚ ਪਹਿਲਾਂ ਪਹੁੰਚ ਜਾਏ ਅਤੇ ਉਹ ਕੁਝ ਇੱਦਾਂ ਦਾ ਕਰ ਦੇ ਕੇ ਇਹ ਜਿਹੜੇ ਰਾਜ ਮੱਧ ਨੇ ਉਹ ਧਰੇ ਧਰਾਈ ਰਹਿ ਜਾਣ। ਸੋ ਘਰ ਘਰ ਦੇ ਵਿੱਚ ਵੇਖੋ, ਇਹ 200 ਤੋਂ ਉੱਪਰ ਜੀ ਸਾਡੇ ਇਸ ਲੇਖੇ ਲੱਗ ਚੁੱਕੇ ਨੇ ਅਤੇ 230 ਦੇ ਕਰੀਬ ਪਹੁੰਚ ਗਏ ਆ, ਅਤੇ ਇਹ ਗਿਣਤੀ ਜਿਹੜੀ ਹੈ ਲਗਾਤਾਰ ਵੱਧਦੀ ਜਾਣੀ ਆ। ਸੋ ਮੈਂ ਸਮਝਦਾ ਇਹ ਤਖਤਾਂ 'ਤੇ ਬੈਠਿਆਂ ਨੂੰ ਵੀ ਇਸ ਗੱਲ ਦਾ ਥੋੜ੍ਹਾ ਜਿਹਾ ਇਲਮ ਹੋਣਾ ਚਾਹੀਦਾ ਕਿ ਹੁਣ ਬਸ ਕਰੋ, ਹੋਰ ਕਿੰਨੀ ਕੁ ਤੁਸੀਂ ਉਹ ਖੱਟਣੀ ਆ, ਕਿਉਂਕਿ ਲੋਕਾਂ ਦੇ ਮਨਾਂ ਦੀ ਹਾਹ ਜਿਹੜੀ ਆ ਨਾ ਉਹ ਬੜੀ, ਅਤੇ ਉਹ ਵੀ ਐਸੇ ਦੁਖਿਆਰਿਆਂ ਦੀ ਜਿਨ੍ਹਾਂ ਦੇ ਅੱਗੇ ਪੱਲੇ ਕੀ ਸੀਗਾ ਅਤੇ ਉਹਨਾਂ ਦੇ ਕੋਲੋਂ ਜਿਹੜਾ ਕੋਈ ਘਰਾਂ ਦੇ ਜੀਅ ਜਿਹੜੇ ਨੇ ਉਹ ਵੀ ਵਿਛੜ ਗਏ ਅਤੇ ਉਹਨਾਂ ਦਾ ਹੁਣ ਜਿਹੜਾ ਇਹ ਸਾਰਾ ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਦੇ ਦਿਲ ਦੀ ਹਾਹ ਜਿਹੜੀ ਉਹ ਕਿੰਨੀ ਮਾੜੀ ਹੋ ਸਕਦੀ ਹੈ। ਸੋ ਸੰਗਤ ਏਡ ਵੱਲੋਂ ਇਹ ਜਿਹੜੀ ਆਪਾਂ ਸੇਵਾ ਲੈ ਕੇ ਆਏ ਹਾਂ ਅਤੇ ਇਹਨਾਂ ਪਰਿਵਾਰ ਨੂੰ ਦਿੱਤੀ ਗਈ। ਤੁਹਾਡਾ ਬੇਟਾ ਕੀ ਨਾਮ ਹੈ? ਸੰਦੀਪ ਸਿੰਘ ਜੀ। ਅੱਛਾ, ਤੁਸੀਂ ਪੜ੍ਹਦੇ ਹੋ ਜੇ? ਹਾਂਜੀ। ਕਿੰਨੀ ਪੜ੍ਹਾਈ ਕੀਤੀ ਤੁਸੀਂ? ਮੈਂ ਜੀ 9 ਪੜ੍ਹਿਆ ਜੀ। 9 ਪੜ੍ਹਿਆ ਜੀ। ਅਤੇ ਹੁਣ ਕੀ ਕਰਦੇ ਅੱਜ ਕੱਲ੍ਹ? ਹੁਣ ਜਿਵੇਂ ਪਾਠ ਹੀ ਕਰਦੇ ਜੀ। ਅੱਛਾ ਜੀ। ਹਾਂਜੀ। ਅੱਗੋਂ ਪੜ੍ਹਾਈ ਨਹੀਂ ਜਾਰੀ ਰੱਖ ਸਕੇ? ਹਾਂਜੀ। ਅੱਛਾ, ਪੜ੍ਹਨਾ ਚਾਹੁੰਦੇ ਅੱਗੋਂ ਤੁਸੀਂ? ਹਾਂਜੀ, ਘਰ ਦੀ ਮਜ਼ਬੂਰੀ ਕਰਕੇ ਪੜ੍ਹ ਨਹੀਂ ਸਕੀ। ਅੱਛਾ, ਉਮਰ ਕਿੰਨੀ ਕੁ ਤੁਹਾਡੀ? ਮੇਰੀ 19 ਸਾਲ ਦੀ। ਅੱਛਾ, 19 ਸਾਲ। ਸੋ ਦੇਖੋ ਐਸੇ ਹਾਲਾਤਾਂ ਦੇ ਵਿੱਚ ਸੋ ਘਰਾਂ ਦੀਆਂ ਮਜ਼ਬੂਰੀਆਂ ਕਰਕੇ ਬੱਚੇ ਪੜ੍ਹ ਵੀ ਨਹੀਂ ਸਕੇ। ਹਾਂ,
ਤੇ ਇਹ ਦੂਸਰਾ ਬੇਟਾ ਜੀ ਉਹਨਾਂ ਦਾ ਬੇਟਾ ਇਹ ਇੱਥੇ ਕਿਤੇ ਕੰਮ ਕਰਦਾ ਮਸ਼ੀਨ ਤੇ ਕਿਤੇ ਤੇ ਇਹ ਛੋਟਾ ਬੇਟਾ ਇਹ 19 ਸਾਲ ਉਮਰ ਹੈ ਤੇ 9ਵੀਂ ਤੋਂ ਅੱਗੇ ਅਜੇ ਪੜ੍ਹ ਵੀ ਨਹੀਂ ਸਕਿਆ ਸੋ ਮੈਂ ਸਮਝਦਾ ਕਿ ਇਸ ਪੱਖ ਤੋਂ ਵੀ ਇਸ ਪਰਿਵਾਰ ਨੂੰ ਸਪੋਰਟ ਦੀ ਜ਼ਰੂਰਤ ਹੈ ਕਿ ਬੱਚੇ ਆਪਣੀ ਪੜ੍ਹਾਈ ਕਰ ਸਕਣ ਅੱਗੇ ਵੱਧ ਸਕਣ ਸੋ ਇਹਨਾਂ ਪਰਿਵਾਰਾਂ ਦੇ ਨਾਲ ਜਿੱਥੇ ਅਸੀਂ ਖੜ੍ਹੇ ਹਾਂ ਉੱਥੇ ਇਹਨਾਂ ਦੇ ਇੱਥੋਂ ਦੀ ਪੰਚਾਇਤ ਇੱਥੋਂ ਦੇ ਹੋਰ ਮੋਹਤਵਾਰ ਇਹ ਸਾਰੇ ਵੇਖੋ ਸਿਆਣੇ ਜਿਹੜੇ ਨੇ ਇਸ ਪਿੰਡ ਦੇ ਸਾਡੇ ਨਾਲ ਮੌਜੂਦ ਨੇ ਅਤੇ ਭਾਈ ਸਾਹਿਬ ਹੋਰਾਂ ਨੇ ਅੱਗੇ ਹੀ ਸਾਡੇ ਨਾਲ ਗੱਲ ਕੀਤੀ ਹੈ ਕਿ ਪੰਚਾਇਤ ਵੱਲੋਂ ਨਗਰ ਵੱਲੋਂ ਪੂਰੀ ਇਹਨਾਂ ਦੀ ਕੋਸ਼ਿਸ਼ ਹੈ ਕਿ ਇਹ ਜੋ ਹੈ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏਗੀ ਅਤੇ ਇਸ ਢੰਗ ਦੇ ਨਾਲ ਰਲ ਮਿਲ ਕੇ ਆਪਾਂ ਇਸ ਪਰਿਵਾਰ ਦੇ ਨਾਲ ਖੜ੍ਹੇ ਹੋਈਏ ਇਹ ਤੁਹਾਡਾ ਕੀ ਨਾਮ ਅਰਸ਼ਦੀਪ ਸਿੰਘ ਹੈ ਜੀ ਅੱਛਾ ਤੁਸੀਂ ਕੀ ਕਰਦੇ ਹੋ ਮੈਂ ਜੀ ਮਸ਼ੀਨ ਦਾ ਕੰਮ ਕਰਦਾ ਜੀ ਵੱਡੀ ਕਿਰਪਾਨ ਦਾ ਅੱਛਾ ਜੀ ਸੋ ਵੱਡਾ ਬੇਟਾ ਵੱਡਾ ਹਾਂ ਇਹ ਵੱਡਾ ਬੇਟਾ ਹੈ ਜੀ ਉਹਨਾਂ ਦਾ ਹਾਂਜੀ ਸੋ ਇਹ ਵੀ ਮਸ਼ੀਨ ਦੇ ਉੱਤੇ ਕੰਮ ਕਰਦਾ ਹੈ ਸੋ ਇਸ ਢੰਗ ਦੇ ਨਾਲ ਇਸ ਪਰਿਵਾਰ ਨੂੰ ਬਹੁਤ ਸਾਰੀ ਅਜੇ ਹੋਰ ਮੈਂ ਸਮਝਦਾ ਸਪੋਰਟ ਦੀ ਜ਼ਰੂਰਤ ਹੈ ਜਿਹੜੀ ਕਿ ਮੈਂ ਸਮਝਦਾ ਕਿ ਸਰਕਾਰਾਂ ਵੀ ਕਰਨਗੀਆਂ ਸਰਕਾਰਾਂ ਵੱਲੋਂ ਵੀ ਇੱਧਰ ਕੋਈ ਧਿਆਨ ਦਿੱਤਾ ਗਿਆ ਇਹਨਾਂ ਨੂੰ ਹਾਲ ਤੱਕ ਤਾਂ ਕੋਈ ਆਈ ਨਹੀਂ ਹੈ ਕੋਈ ਕਿਸੇ ਕੋਲ ਵੀ ਤੁਹਾਡੇ ਕੋਲ ਆਈ ਹੈ ਕੋਈ ਰਾਸ਼ੀ ਕੋਈ ਆ ਕੋਈ ਪਹੁੰਚ ਕੀਤੀ ਹੈ ਕਿਸੇ ਨੇ ਨਹੀਂ ਹਾਲ ਤੱਕ ਸਰਕਾਰਾਂ ਸਰਕਾਰ ਨੇ ਮੇਰੇ ਖਿਆਲ ਇਸ ਪਰਿਵਾਰ ਵੱਲ ਕੋਈ ਉਹਦੀ ਸੁੱਧ ਨਹੀਂ ਲਈ ਗਈ ਸੋ ਇਹ ਉਹਨਾਂ ਦੇ ਵੱਡੇ ਭਰਾ ਨੇ ਜੀ ਰੇਸ਼ਮ ਸਿੰਘ ਦਾ ਕੀ ਨਾਂ ਜੀ ਤੁਹਾਡਾ ਅਮਰਜੀਤ ਸਿੰਘ ਜੀ ਅੱਛਾ ਤੇ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਨੂੰ ਜਿਹੜਾ ਅਸੀਂ ਤਾਂ ਸਰਕਾਰਾਂ ਨੂੰ ਇਹੀ ਕਹਿੰਦੇ ਜੀ ਜਿਹੜੇ ਕਾਲੇ ਕਾਨੂੰਨ ਇਹਨਾਂ ਤਿੰਨ ਬਣਾਏ ਨੇ ਵਾਪਸ ਲੈ ਲਵੇ ਨਹੀਂ ਅਸੀਂ ਇਹੀ ਜਿੰਦਾ ਲਾਵਾਂਗੇ ਸਾਡਾ ਤਾਂ ਹੁਣ ਫਰਜ਼ ਹੀ ਬਣ ਗਿਆ ਹੁਣ ਜਦੋਂ ਸਾਡਾ ਛੋਟਾ ਭਰਾ ਚੜਿਆ ਗਿਆ ਅਸੀਂ ਵੀ ਇਹ ਕਟਾਣ ਕੇ ਦਿੱਲੀ ਤੱਕ ਪਹੁੰਚਦੇ ਰਹਾਂਗੇ ਆਪਦੇ ਹੱਕ ਵਾਪਸ ਲੈ ਕੇ ਹਟਾਂਗੇ ਸਾਡਾ ਤਾਂ ਇਹੀ ਕਹਿਣਾ ਹੈ ਵੀ ਹਜੇ ਵੀ ਮੰਨ ਜੇ ਕਿਉਂ ਕਿਸੇ ਦੇ ਘਰ ਬਰਬਾਦ ਕਰਨ ਲੱਗੇ ਨੇ ਓਹੋ ਸੋ ਇਹ ਵੱਡਾ ਭਰਾ ਇਹ ਕਹਿੰਦਾ ਵੀ ਅਸੀਂ ਇੱਦਾਂ ਹੀ ਜਿੰਦੜੀਆਂ ਲੇਖੇ ਲਾਵਾਂਗੇ ਵੇਖੋ ਇਹਨਾਂ ਪਰਿਵਾਰਾਂ ਦੀ ਦੇਣ ਵੇਖੀਏ ਇਹਨਾਂ ਦਾ ਸੰਘਰਸ਼ ਨੂੰ ਇਸ ਕਿਸਾਨੀ ਸੰਘਰਸ਼ ਨੂੰ ਦੇਣ ਮੈਂ ਸਮਝਦਾ ਕਿ ਸਾਡੇ ਤੁਹਾਡੇ ਦੇ ਸਿਰ ਤੇ ਕਿਸਾਨੀ ਸੰਘਰਸ਼ ਨਹੀਂ ਖੜਾ ਇਹਨਾਂ ਦੇ ਸਿਰ ਤੇ ਖੜਾ ਕਿਸਾਨੀ ਸੰਘਰਸ਼ ਇਹ ਜਿਹੜੇ ਮੋਢੇ ਆ ਨਾ ਇਹ ਚੱਕੀ ਫਿਰਦੇ ਨੇ ਕਿਸਾਨੀ ਸੰਘਰਸ਼ ਨੂੰ ਅਸੀਂ ਤਾਂ ਥੋੜੀ ਬਹੁਤੀ ਸਪੋਰਟ ਹੀ ਕਰ ਪਾ ਰਹੇ ਹਾਂ ਅਸਲ 'ਚ ਇਹਨਾਂ ਦੇ ਦੇਖੋ ਛੋਟੇ ਦੀ ਜ਼ਿੰਦਗੀ ਲੇਖੇ ਲੱਗ ਗਈ ਵੱਡਾ ਕਹਿੰਦਾ ਵੀ ਅਸੀਂ ਖੜੇ ਹਾਂ ਸੋ ਇਹਨਾਂ ਯੋਧਿਆਂ ਦੀ ਕੁਰਬਾਨੀਆਂ ਮੈਂ ਸਮਝਦਾ ਰੰਗ ਲਿਆਉਣਗੀਆਂ ਇਹ ਜਿਹੜਾ ਸੰਘਰਸ਼ ਹੈ ਕਿਸਾਨੀ ਸੰਘਰਸ਼ 2020 ਤੋਂ ਆਰੰਭ ਹੋਇਆ ਸੀ ਹੁਣ 21 ਚੜ ਗਿਆ ਤੇ ਮੈਨੂੰ ਲੱਗਦਾ ਕਿ ਛੇਤੀ ਹੀ ਇਹਦਾ ਹੱਲ ਨਿਕਲ ਆਏਗਾ ਕਿਉਂਕਿ ਦਬਾਅ ਤਾਂ ਸਰਕਾਰਾਂ 'ਤੇ ਵੀ ਬਹੁਤ ਹੈ ਠੀਕ ਹੈ ਉੱਤੋਂ ਭਾਵੇਂ ਜੋ ਮਰਜ਼ੀ ਕਹੀ ਜਾਣ ਪਰ ਇਹ ਐਸੀਆਂ ਗੱਲਾਂ ਇਹ ਦਿਲੋਂ ਨਿਕਲ ਰਹੀਆਂ ਨੇ ਕੋਈ ਇਹਨਾਂ ਦੇ ਮਨ ਦੀਆਂ ਕੂਕਾਂ ਨੇ ਇਹ ਕੂਕਾਂ ਨੇ ਇਹਨਾਂ ਦੇ ਮਨ ਦੀਆਂ ਜਿਹੜੀਆਂ ਮੈਂ ਸਮਝਦਾ ਕਿ ਇਹ ਸਾਡੇ ਸਾਹਮਣੇ ਆ ਰਹੀਆਂ ਨੇ ਸੋ ਤੁਸੀਂ ਇੱਦਾਂ ਹੀ ਮੈਂ ਇਹਨਾਂ ਪਰਿਵਾਰਾਂ ਦੇ ਨਾਲ ਖੜੋ ਅਜੇ ਗਿਣਤੀ ਵੱਧਦੀ ਜਾ ਰਹੀ ਹੈ ਤਗੜੇ ਰਿਹੋ ਵੇਖੋ ਇਹ ਆਪਣਾ ਸਾਰਾ ਕੁਝ ਗਵਾ ਕੇ ਬੈਠੇ ਆਪਾਂ ਇਹਨਾਂ ਨੂੰ ਘੱਟੋ ਘੱਟ ਇੰਨੀ ਕੁ ਸਪੋਰਟ ਤਾਂ ਜ਼ਰੂਰ ਦਈਏ ਜਿਹੜੀ ਆਪਾਂ ਇੱਕ ਗੁਰਮਤਾ ਕੀਤਾ ਸੀ ਕਿ 1-1 ਲੱਖ ਰੁਪਈਆ ਇਹਨਾਂ ਪਰਿਵਾਰਾਂ ਤੱਕ ਪਹੁੰਚਾਉਣਾ ਸੋ ਇਹ ਅਸੀਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਧੂਰੀ ਤਹਿਸੀਲ ਦੇ ਵਿੱਚ ਇਹ ਪਿੰਡ ਈਨਾ ਬਾਜਵਾ ਉੱਥੋਂ ਦੇ ਰੇਸ਼ਮ ਸਿੰਘ ਦੇ ਪਰਿਵਾਰ ਦੇ ਕੋਲ ਆਏ ਹਾਂ ਉਹਨਾਂ ਦੇ ਨਾਲ ਇਹ ਦੁੱਖ ਸਾਂਝਾ ਕੀਤਾ ਹੈ।